ਸਸ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਮੰਨਰੇਗਾ ਜੋ ਕਿ ਸਾਰਿਆਂ ਪਿੰਡਾਂ ਦੇ ਵਿੱਚ ਸਰਕਾਰੀ ਸਕੀਮ ਚੱਲਦੀ ਪਈ ਆ ਉਸ ਬਾਰੇ ਜਾਣਕਾਰੀ ਪੜਾਂਗੇ ਕਿ ਇਹ ਹੈ ਕੀ ਆ ਕਦੋਂ ਤੋਂ ਲਾਗੂ ਹੋਈ ਆ ਅਤੇ ਇਸ ਦੇ ਬੈਨੀਫਿਟ ਕਿੱਦਾਂ ਲੈ ਜਾਂਦੇ ਆ ਸਭ ਤੋਂ ਪਹਿਲਾਂ ਕਿ ਇਹ ਹੈ ਕੀ ਆ ਸਨ 1991 ਵਿੱਚ ਪੀਵੀ ਨਸੀਮਾ राव ਦੀ ਸਰਕਾਰ ਸੀ ਜਿਸ ਨੇ ਇੱਕ ਏਜੰਡਾ ਲਿਆ ਸੀ ਕਿ ਹਰੇਕ ਨਾਗਰਿਕ ਨੂੰ ਜੋ ਕਿ ਇਸ ਭਾਰਤ ਦੇਸ਼ ਵਿੱਚ ਬੇਰੋਜ਼ਗਾਰ ਆ ਉਸ ਨੂੰ ਇੱਕ ਅਜਿਹੀ ਸਕੀਮ ਲਿਆ ਜਾਂਦੀ ਜਾਵੇ ਜਿਹਦੇ ਵਿੱਚ ਉਹ ਕੁਛ ਨਾ ਕੁਛ ਰੋਜ਼ਗਾਰ ਪ੍ਰਾਪਤ ਕਰੇ ਤੇ ਆਪਣੀ ਉਜਰਤ ਪੈਦਾ ਪ੍ਰਾਪਤ ਕਰ ਸਕੇ ਜਾਂ ਕਮਾ ਸਕੇ ਪਰ ਉਹ ਕੁਛ ਨਾ ਕਿਸੇ ਸਰਕਮਸਟੈਂਸਸ ਜਾਂ ਪੋਲਿਟੀਕਲ ਪ੍ਰੈਸ਼ਰ ਦੇ ਵਿੱਚ ਉਹਨਾਂ ਟਾਈਮ ਵਿੱਚ ਇਦਾਂ ਦਾ ਕੁਛ ਸਕੀਮ ਜਾਂ ਕਾਨੂੰਨ ਨਹੀਂ ਬਣਾਇਆ ਜਾ ਸਕਿਆ ਫਿਰ 2005 ਦੇ ਵਿੱਚ ਯੂਪੀਏ ਸਰਕਾਰ ਸਰਦਾਰ ਮਨਮੋਹਨ ਸਿੰਘ ਦੇ ਟਾਈਮ ਵਿੱਚ ਆਈ ਮਨਰੇਗਾ ਦਾ ਪੂਰਾ ਨਾਮ ਆ ਜੀ ਆਤਮਾ ਗਾਂਧੀ ਨੈਸ਼ਨਲ ਰੂਲਰ এমਪਲੋਇਮੈਂਟ ਗਰੰਟੀ ਐਕਟ ਇਹ ਜਿਹੜਾ ਆ 2005 ਦੇ ਵਿੱਚ ਪਾਸ ਹੋਇਆ ਆ ਇਹ ਤਾਂ ਸਾਨੂੰ ਪਤਾ ਲੱਗ ਗਿਆ ਇਹਦੇ ਵਿੱਚ ਕੀ ਤਹਿਤ ਇਹ ਗੱਲ ਆਉਂਦੀ ਆ ਕਿ ਜਿਹੜਾ ਵੀ ਭਾਰਤ ਵਰਸ਼ ਵਿੱਚ ਪਿੰਡੂ ਲੱਕੇ ਦੇ ਵਿੱਚ ਬੇਰੁਜ਼ਗਾਰ ਹੈ ਵਿਅਕਤੀ ਆ ਉਸ ਨੂੰ ਸਰਕਾਰ ਆਪਣੇ ਲੈਵਲ ਤੇ 100 ਦਿਨ ਦਾ ਰੋਜ਼ਗਾਰ ਅਰੇਜ ਕਰਕੇ ਦੇਉਗੀ ਅਤੇ ਉਸ ਨੂੰ ਉਸ ਦੀ ਦਿਹਾੜੀ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਣਗੇ। ਇਹਦੀ एलिਜੀਬਿਲਟੀ ਕੀ ਹੈ ਕਿ ਬੰਦੇ ਨੂੰ ਕੋਈ ਵੀ ਸਕਿੱਲ ਨਹੀਂ ਹੈ ਤਾਂ ਉਹ ਵੀ एलिਜੀਬਲ ਆ। ਪਹਿਲੀ ਨੰਬਰ ਦੂਸਰਾ ਉਹ 18 ਸਾਲ ਤੋਂ ਵੱਧ ਹੋਣਾ ਚਾਹੀਦਾ ਹੈ। ਤੀਸਰਾ ਉਹ ਬੇਰੁਜ਼ਗਾਰ ਹੋਣਾ ਚਾਹੀਦਾ ਹੈ। ਚੌਥਾ ਕਿ ਪਰਿਵਾਰ ਦੇ ਵਿੱਚੋਂ ਸਿਰਫ ਇੱਕ ਹੀ ਮੈਂਬਰ ਨੂੰ ਇਹ ਜੋਬ ਕਾਰਡ ਚੜਾਇਆ ਮਨਰੇਗਾ ਸਕੀਮ ਅਧੀਨ ਮਿਲਦਾ ਆ। ਤੇ ਇਹਦੀ ਕੰਡੀਸ਼ਨਸ ਕੀ ਆ ਕਿ ਸਾਡੇ ਕੋਲ ਇੱਕ ਪਾਸ ਧਾਰਕਾਡ ਹੋਣਾ ਚਾਹੀਦਾ ਹੈ ਭਾਰਤ ਦੇ ਨਾਗਰਿਕ ਹੋਣਾ ਚਾਹੀਦਾ ਹੈ ਦੂਸਰਾ ਸਾਡੇ ਕੋਲ ਬੈਂਕ ਖਾਤਾ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਇਸ ਜੋ ਕੀਤੇ ਗਏ ਕੰਮ ਦੀ ਜਿਹੜੀ ਉਜਰਤਾ ਸਾਡੇ ਖਾਤੇ 'ਚ ਡਾਇਰੈਕਟ ਟਰਾਂਸਫਰ ਕੀਤੀ ਜਾਂਦੀ ਆ ਤੀਸਰਾ ਸਾਡੇ ਕੋਲ ਇੱਕ ਫੋਟੋ ਹੋਣੀ ਚਾਹੀਦੀ ਹੈ ਇਹ ਤਿੰਨ ਡਾਕੂਮੈਂਟ ਲੈ ਕੇ ਅਸੀਂ ਆਪਣੇ ਪਿੰਡ ਦੇ ਸਰਪੰਚ ਕੋਲ ਜਾ ਕੇ ਅਸੀਂ ਐਪਲੀਕੇਸ਼ਨ ਅਪਲਾਈ ਕਰ ਸਕਦੇ ਹਾਂ ਇਦੇ ਵਿੱਚ ਇੱਕ ਹੋਰ ਵੀ ਹੈ ਸਾਡੀ ਐਪਲੀਕੇਸ਼ਨ ਅਪਲਾਈ ਹੋਣ ਤੋਂ ਬਾਅਦ ਅਗਰ 15 ਦਿਨ ਦੇ ਵਿੱਚ ਸਾਨੂੰ ਇਹ ਰੋਜ਼ਗਾਰ ਦੀ ਕੰਮ ਤੱਕ ਨਹੀਂ ਮਿਲਦਾ ਤਾਂ ਅਸੀਂ ਬੇਰੋਜ਼ਗਾਰੀ ਪੱਤਾ ਲੈਣ ਦੇ ਹੱਕਦਾਰ ਹੋ ਜਾਂਦੇ ਆ ਸੋ ਲਗਭਗ ਇਹ ਜਿਹੜਾ ਕੰਮ ਆ ਇਹ ਹਰੇਕ ਪਿੰਡ ਦੇ ਵਿੱਚ ਚੱਲਦਾ ਆ ਸਾਸੀਂ ਸਾਰੇ ਜਾਣੂ ਆ ਦੇਖਦੇ ਵੀ ਆ ਸੁਣਦੇ ਵੀ ਆ ਆਮ ਤੌਰ ਤੇ ਪਿੰਡ ਦੇ ਵਿੱਚ ਸਰਪੰਚ ਦੁਆਰਾ ਕੋਈ ਵੀ ਕੰਮ ਜਿਹੜਾ ਆ ਸਾਂਝਾ ਪਿੰਡ ਦੇ ਵਿੱਚ ਕੰਮ ਆ ਨੋਮੀਨੇਟ ਕੀਤਾ ਜਾਂਦਾ ਜਿਵੇਂ ਗਲੀਆਂ ਦੇ ਵਿੱਚ ਸਫਾਈ ਸੀਵਰੇਜ ਦਾ ਪ੍ਰੋਪਰ ਵਰਕ ਆਊਟ ਆਊਟ ਸ਼ੁਰੂ ਕਰਨਾ ਪਿੰਡ ਦੇ ਸਾਂਝੇ ਛੱਪੜ ਦੇ ਵਿੱਚ ਸਫਾਈ ਕਰਨੀ ਉਹਦੇ ਆਲੇ ਦੁਆਲੇ ਬੰਨ ਲਾਉਣਾ ਜਾਂ ਬੂਟੀਆਂ ਬੂਟੇ ਲਾਉਣੇ ਕਾਫੂਜ਼ ਦੀ ਸਫਾਈ ਕਰਨੀ ਅਨਸਕਿਲਡ ਵਰਕ ਜਿੰਨੇ ਵੀ ਆ ਲੇਬਰ ਦੇ ਉਹ ਸਾਰੇ ਇਹਦੇ ਵਿੱਚ ਕੀਤੇ ਜਾਂਦੇ ਆ ਤੇ ਸਰਕਾਰੀ ਰੇਟ ਅਨੁਸਾਰ ਉਹਨਾਂ ਨੂੰ ਪੈਸੇ ਮਿਲਦੇ ਆ ਹੁਣ ਇੱਥੇ ਗੱਲ ਆ ਜਾਂਦੀ ਆ ਕਿ ਵੀ ਕਈ ਵਾਰੀ ਜੇ ਸਾਡੇ ਕੋਲ ਕੋਈ ਰੋਜ਼ਗਾਰ ਨਹੀਂ ਹੈ ਪਿੰਡ ਦੇ ਵਿੱਚ ਕੋਈ ਸਾਡੇ ਆਨਗਵੰਡ ਵਿੱਚ ਕੋਈ ਬੇਰੋਜ਼ਗਾਰ ਹੈ ਅਤੇ ਉਸ ਵਿੱਚ ਕੋਈ ਉਦਮ ਮੌਕਾ ਨਹੀਂ ਹੈ ਸ਼ਹਿਰ ਜਾਣ ਦਾ ਜਾਂ ਕੁਝ ਵੀ ਆ ਤਾਂ ਇਸ ਰੋਜ਼ਗਾਰ ਸਕੀਮ ਦੀਨ ਬੰਦੇ ਨੂੰ 5 ਕਿਲੋਮੀਟਰ ਪਾਰਟਿਕੂਲ ਜਿਹਨੇ ਵੀ ਨੌਕਰੀ ਮਿਲਣੀ ਆ ਜਾਂ ਜਿਸ ਨੂੰ ਵੀ ਜੋਬ ਕਾਰਡ ਬਣਨਾ ਉਹੀ ਸ਼ਰਤ ਹੈ ਕਿ ਉਹ 5 ਕਿਲੋਮੀਟਰ ਦੇ ਵਿੱਚ ਵਿੱਚ ਹੀ ਉਹਨੂੰ ਕੰਮ ਮਿਲਦਾ ਜਾਊਗਾ ਇਸ ਤੋਂ ਦੂਰ ਜਾਣ ਦੀ ਲੋੜ ਨਹੀਂ ਹੈਗੀ ਜਿਵੇਂ ਕਿ ਦੂਰ ਦੂਰ ਦੇ ਰਾੜੇ ਕਈਆਂ ਨੂੰ ਕੰਮ ਕਰਨ ਜਾਣਾ ਪੈਂਦਾ ਆ ਇਸ ਕੀਮਤ ਆ ਦੀਨ ਉਹ ਲੋਕਲ ਹੀ ਜੌਰਟੀ ਆਫ ਟਾਈਮ ਤੇ ਵਿੱਚ ਉਹ ਜ਼ਿਆਦਾਤਰ ਲੋਕਲ ਹੀ ਕੰਮ ਕਰਦੇ ਆ ਬਾਕੀ ਜੇ ਵੱਤਬਦ ਹੋਵੇ ਇੱਕ ਪਿੰਡ ਤੋਂ ਦੂਸਰੇ ਪਿੰਡ ਦੂਸਰੇ ਤੋਂ ਉੱਤੇ ਉਹ ਇੱਕ ਦੋ ਪਿੰਡ ਅੱਗੇ ਪਿੱਛੇ ਇਹ ਕੰਮ ਕਰਵਾਇਆ ਜਾਂਦਾ ਆ ਸੋ ਜੇ ਕਿਸੇ ਨੂੰ ਜ਼ਰੂਰਤ ਹੈ ਉਹ ਆਪਣਾ ਮਿੰਰੇਗਾ ਕਾਰਡ ਜ਼ਰੂਰ ਬਣਾਵੇ ਕਿਉਂਕਿ ਸਰਕਾਰੀ ਪਾਕੀ ਸਕੀਮਾਂ ਜਿਹੜੀਆਂ ਆ ਉਹ ਮਰੇਗਾ ਕਾਰਡ ਵਾਲੇ ਨੂੰ ਪਹਿਲ ਦੇ ਤੌਰ ਤੇ ਮਿਲਦੀਆਂ ਆ ਜਿਵੇਂ ਕਿ ਕਰੋਨਾ ਦੇ ਦੌਰਾਨ ਬੰਦੇ ਆ ਕਈ ਜਿਹੜੇ ਮਰੇਗਾ ਕਾਰਡ ਹੋਲਡਰ ਸੀਗੇ ਉਹਨਾਂ ਨੂੰ ਸਰਕਾਰ ਵੱਲੋਂ ਗੁਜ਼ਾਰਾ ਪੱਤਾ ਵੀ ਦਿੱਤਾ ਗਿਆ ਸੀਗਾ ਜਿਹੜਾ ਕਿ ਦੂਸਰਾਂ ਨੂੰ ਨਹੀਂ ਦਿੱਤਾ ਗਿਆ ਰਸਣ ਦੇ ਤੌਰ ਤੇ ਵੀ ਤੇ ਪਲੱਸ ਕੁਝ ਉਹਨਾਂ ਦੇ ਖਾਤੇ 'ਚ ਪੈਸੇ ਡਾਇਰੈਕਟ ਆਏ ਸੀ ਸੋ ਕਿਵੇਂ ਲੱਗੀ ਮੇਰੀ ਇਹ ਵੀਡੀਓ ਅਗਰ ਇਹ ਜਾਣਕਾਰੀ ਵਧੀਆ ਲੱਗੀ ਤਾਂ ਨੂੰ ਜਰੂਰ ਸ਼ੇਅਰ ਕਰਨਾ ਲਾਈਕ ਜਰੂਰ ਕਰਨਾ ਤੇ ਤਾਂ ਕਿ ਆਲੋ ਵਾਲੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਵੈਸੇ ਤਾਂ ਸਾਰਿਆਂ ਨੂੰ ਇਹ ਹੈ ਪਤਾ ਪਰ ਫਿਰ ਵੀ ਜੇ ਕਿਸੇ ਨੂੰ ਨਹੀਂ ਪਤਾ ਹੈਗਾ ਉਹਦੇ ਬਾਰੇ ਵੀ ਇਹ ਜ਼ਰੂਰੀ ਹੋ ਸਕਦੀ ਹੈ ਥੈਂਕ ਯੂ ਧੰਨਵਾਦ